ਹਾਂਜੀ ਵੈਲਕਮ ਆ ਜੀ। ਅੱਜ ਆਪਾਂ ਲੈ ਕੇ ਆਏ ਹਾਂ ਇੱਕ ਵੀਡੀਓ ਜਿਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਦੱਸਿਆ ਹੋਇਆ ਵਾ ਕਿ ਕਿਹੜੀਆਂ ਕਿਹੜੀਆਂ ਜਿੰਮ ਦੇ ਵਿੱਚ ਆਪਾਂ ਗਲਤੀਆਂ ਕਰਦੇ ਹਾਂ ਜਿਹਦੇ ਨਾਲ ਆਪਣੇ ਇੰਜਰੀਸ ਵਗੈਰਾ ਹੋ ਜਾਂਦੀ, ਆਪਣੇ ਮਸਲ ਖਿੱਚੇ ਜਾਂਦੇ ਆ। ਧਿਆਨ ਨਾਲ ਵੀਡੀਓ ਵੇਖਿਓ। ਆ ਜਦੋਂ ਆਪਾਂ ਡੰਬਲ ਚੱਕਦੇ ਇੱਕੋਦਮ ਉੱਪਰ ਲੈ ਕੇ ਆਉਂਦੇ ਹਾਂ ਅਤੇ ਜਦੋਂ ਆਪਾਂ ਛੱਡਦੇ ਹਾਂ ਇੱਕੋਦਮ ਥੱਲੇ ਛੱਡ ਦਿੰਦੇ ਹਾਂ, ਇਹ ਚੀਜ਼ ਗਲਤ ਆ, ਇੰਜਰੀਸ ਹੋ ਸਕਦੀ ਆ। ਇਹ ਤਾਂ ਹੋ ਗਈ ਜੇ ਆਪਣੀ ਜਿਹੜੀ ਆਪਾਂ ਗਲਤ ਲਗਾਉਂਦੇ ਹਾਂ। ਅਤੇ ਹੁਣ ਨੈਕਸਟ ਵੀਡੀਓ ਵੇਖਿਓ, ਉਹਦੇ ਵਿੱਚ ਆਪਾਂ ਸਹੀ ਤਰੀਕਾ ਦੱਸਾਂਗੇ ਤੁਹਾਨੂੰ। ਹੁਣ ਧਿਆਨ ਨਾਲ ਵੇਖੋ ਕਿਵੇਂ ਆਪਾਂ ਡੰਬਲ ਨੂੰ ਚੱਕਣਾ ਵਾ। ਪਹਿਲਾਂ ਆਪਾਂ ਚੱਕ ਕੇ ਪੱਟਾਂ 'ਤੇ ਰੱਖਣਾ ਵਾ ਅਤੇ ਉਹਦੀ ਸਪੋਰਟ ਨਾਲ ਹੀ ਆਪਾਂ ਇਹ ਆਰਾਮ ਨਾਲ ਡੰਬਲ ਨੂੰ ਚੱਕਣਾ ਵਾ। ਅਤੇ ਜਦੋਂ ਆਪਾਂ ਰੱਖਣਾ ਵੀ ਆ ਉਹਨੂੰ ਜਿਵੇਂ ਚੱਕਿਆ ਉਵੇਂ ਹੀ ਰੱਖਣਾ ਆਪਾਂ, ਇਹ ਸਹੀ ਤਰੀਕਾ ਹੈ। ਹਾਂਜੀ, ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ? ਇਹ ਵੱਧ ਤੋਂ ਵੱਧ ਆਪਣੇ ਫਰੈਂਡਸ ਨੂੰ ਜਿੱਥੇ ਵੀ ਤੁਹਾਨੂੰ ਲੱਗਦਾ ਉੱਥੇ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਜਿਹੜੀਆਂ ਆਪਾਂ ਛੋਟੀਆਂ ਛੋਟੀਆਂ ਗਲਤੀਆਂ ਜਿੰਮ ਦੇ ਵਿੱਚ ਕਰਦੇ ਹਾਂ ਉਹਦੇ ਨਾਲ ਆਪਾਂ ਨੂੰ ਇੰਜਰੀਸ ਤੋਂ ਬਚਾਅ ਹੋ ਕੇ ਆਪਣੇ ਮਸਲ ਨਾ ਖਿੱਚੇ ਜਾਣ। ਅਤੇ ਮਿਲਦੇ ਹਾਂ ਜੀ ਆਪਾਂ ਨੈਕਸਟ ਵੀਡੀਓ 'ਤੇ, ਹੋਰ ਵੀ ਐਵੇਂ ਦੀਆਂ ਵੀਡੀਓ ਆਪਾਂ ਲੈ ਕੇ ਆਵਾਂਗੇ। ਓਕੇ ਜੀ, ਥੈਂਕ ਯੂ।